ਜੀ ਕਰਿਓ ਜੀ, ਮੰਤਰੀ ਜੀ ਕੰਟੀਨਿਊ ਕਰੋ। ਮਾਨਯੋਗ ਸਪੀਕਰ ਸਾਹਿਬ, ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਇਸ ਸਕੀਮ ਅਧੀਨ ਕੁੱਲ 44,10,000 ਪਰਿਵਾਰਾਂ ਵਿੱਚੋਂ 35,69,000 ਪਰਿਵਾਰਾਂ ਲਈ ਈ ਕਾਰਡ ਬਣਾਏ ਗਏ ਹਨ। 207 ਸਰਕਾਰੀ, 570 ਨਿੱਜੀ ਅਤੇ 6 ਭਾਰਤ ਸਰਕਾਰ ਦੁਆਰਾ ਸੂਚੀਬੱਧ ਹਸਪਤਾਲਾਂ ਰਾਹੀਂ ਇਲਾਜ ਤੋਂ ਇਲਾਵਾ 2,227 ਕਰੋੜ ਰੁਪਏ ਸਰ ਖਰਚ ਕੀਤੇ ਜਾ ਚੁੱਕੇ ਹਨ। ਇਸ ਸਕੀਮ ਲਈ ਮੈਂ ਵਿੱਤੀ ਸਾਲ 2024-25 ਲਈ 553 ਕਰੋੜ ਰੁਪਏ ਦਾ ਰਾਖਵੇਂ ਰੱਖਦਾ ਹਾਂ ਸਰ, 553 ਕਰੋੜ ਰੁਪਏ ਰਾਖਵੇਂ ਰੱਖਦੇ ਹਾਂ ਸਰ। ਇਸੇ ਤਰ੍ਹਾਂ ਨਸ਼ਾ ਮੁਕਤੀ ਲਈ ਰਾਜ ਸਰਕਾਰ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਅਤੇ ਬੇਸਹਾਰਾ ਨਸ਼ਾ ਪੀੜਤਾਂ ਤੰਦਰੁਸਤੀ ਬਖਸ਼ਣ ਲਈ ਵੀ ਸਰ ਵਚਨਬੱਧ ਆ। ਕੁੱਲ 529 ਓਟ ਕਲੀਨਿਕਾਂ ਨੂੰ ਅਤੇ 306 ਸਿਰ ਜਿਹੜੇ ਮੁੜ ਵਸੇਬਾ ਕੇਂਦਰਾਂ ਦੇ ਨੈਟਵਰਕ ਦੁਆਰਾ ਵਿਆਪਕ ਨਸ਼ਾ ਛੁਡਾਊ ਯੋਜਨਾ ਲਾਗੂ ਕੀਤੀ ਗਈ ਹੈ। ਸਰ, ਮੈਂ ਇਸ ਯੋਜਨਾ ਲਈ ਵਿੱਤੀ ਸਾਲ 2024-25 ਵਿੱਚ 70 ਕਰੋੜ ਰੁਪਏ ਦਾ ਬੰਦ ਦਾ ਪ੍ਰਸਤਾਵ ਰੱਖਦਾ ਹਾਂ ਸਰ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਅਪਗ੍ਰੇਡ ਕਰਨ ਦਾ ਕੰਮ ਕੀਤੇ ਜਾ ਰਹੇ ਹਨ। ਮੈਂ ਵਿੱਤੀ ਸਾਲ 2024-25 ਵਿੱਚ ਬਾਕੀ ਬਚੇ 20 ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਕਾਰਜਾਂ ਨੂੰ ਕਰਨ ਲਈ 150 ਕਰੋੜ ਰੁਪਏ ਦੇ ਵੰਡ ਦਾ ਪ੍ਰਸਤਾਵ ਰੱਖਦਾ ਸਰ। ਇਸੇ ਤਰ੍ਹਾਂ ਇਸ ਤੋਂ ਇਲਾਵਾ ਮੈਂ ਵਿੱਤੀ ਸਾਲ 2024-25 ਦੌਰਾਨ ਪੀ ਆਈ ਡੀ ਬੀ ਦੁਆਰਾ ਚੀਮਾ, ਕੋਹਰੀਆਂ, ਧੂਰੀ, ਜ਼ਿਲ੍ਹਾ ਸੰਗਰੂਰ ਅਤੇ SAS ਨਗਰ ਮੋਹਾਲੀ ਵਿਖੇ ਪੇਂਡੂ ਹਸਪਤਾਲਾਂ, ਸਬ ਡਿਵੀਜ਼ਨ ਹਸਪਤਾਲਾਂ ਅਤੇ 7 ਜ਼ਿਲ੍ਹਿਆਂ ਦੇ MCH ਨੂੰ ਅਪਗ੍ਰੇਡ ਕਰਨ ਲਈ 58 ਨਵੀਆਂ ਸਰ ਐਂਬੂਲੈਂਸਾਂ ਖਰੀਦਣ ਦੇ ਲਈ 100 ਕਰੋੜ ਰੁਪਏ ਦੀ ਤਜਵੀਜ਼ ਸਰ ਸਦਨ ਦੇ ਸਾਹਮਣੇ ਰੱਖਦਾ ਸਰ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਰੁਜ਼ਗਾਰ ਸਿਰਜਣ ਅਤੇ ਸਿਖਲਾਈ, ਰੁਜ਼ਗਾਰ ਯੋਗਤਾ ਵਿਸਤਾਰ ਕਰਨ ਲਈ ਕੌਂਸਲਿੰਗ ਅਤੇ ਹੁਨਰ ਸਿਖਲਾਈ ਬਹੁਤ ਜ਼ਰੂਰੀ ਹੈ ਸਾਡੀ ਸਰਕਾਰ ਲਈ। ਸਾਡੀ ਸਰਕਾਰ ਇਸ ਲਈ ਠੋਸ ਕਦਮ ਚੁੱਕ ਰਹੀ ਹੈ ਸਰ। ਮੈਂ ਸਿਖਲਾਈ ਅਤੇ ਹੁਨਰ ਵਿਕਾਸ ਦੀਆਂ ਵੱਖ ਵੱਖ ਯੋਜਨਾ ਨੂੰ ਲਾਗੂ ਕਰਨ ਲਈ ਵਿੱਤੀ ਸਾਲ 2024-25 ਵਿੱਚ 179 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖਦਾ ਹਾਂ। ਇਸੇ ਤਰ੍ਹਾਂ ਉਦਯੋਗ ਅਤੇ ਵਣਜ, ਆਪ ਸਰਕਾਰ ਤੋਂ ਪਹਿਲਾਂ ਸਰ ਰਾਜ ਦੇ ਨੌਕਰੀ ਪ੍ਰਦਾਨ ਕਰਨ ਵਾਲੇ ਉਦਯੋਗਪਤੀਆਂ ਕੋਲ ਉਦਯੋਗ ਵਿਕਾਸ ਨੂੰ ਹੁਨਰ ਦੇ ਹੁਲਾਰਾ ਦੇਣ ਦੇ ਉਦੇਸ਼ ਨਾਲ ਲੋੜੀਂਦੇ ਸੁਝਾਅ ਦੇਣ ਲਈ ਕੋਈ ਵੀ ਪਲੇਟਫਾਰਮ ਨਹੀਂ ਸੀਗਾ ਸਰ। ਸਾਡੀ ਸਰਕਾਰ ਦੀ, ਸਾਡੇ ਰਾਜ ਸਰਕਾਰ ਦੀ ਆਰਥਿਕਤਾ ਵਿੱਚ ਪ੍ਰਾਈਵੇਟ ਸੈਕਟਰ ਦੀ ਮਹੱਤਤਾ ਨੂੰ ਸਮਝਦੀ ਹੈ, ਪੰਜਾਬ ਦੀ ਆਰਥਿਕਤਾ ਨੂੰ ਵਧਾਉਣ ਵਿੱਚ ਉਹਨਾਂ ਦੇ ਯੋਗਦਾਨ ਦੀ ਕਦਰ ਕਰਦੀ ਹੈ। ਪੰਜਾਬ ਭਰ ਦੇ ਵਪਾਰੀਆਂ ਸਿੱਧੀ ਸ਼ਮੂਲੀਅਤ ਲਈ ਸਰ ਸਰਕਾਰ ਵਪਾਰ ਮੇਲੇ ਦੀ ਜਿਹੜੀ ਆ ਉਹ ਸ਼ੁਰੂਆਤ ਆਪ ਸਰਕਾਰ ਦੀ ਵਚਨਬੱਧਤਾ ਜਿਹੜੀ ਆ ਉਹ ਦੁਹਰਾਉਂਦੀ ਆ ਸਰ, ਉਹਦੇ ਸਬੂਤ ਨੇ। ਇਹਨਾਂ ਮਿਲਣੀਆਂ ਨੇ ਉੱਦਮੀਆਂ ਨੂੰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਦੂਰ ਅੰਦੇਸ਼ੀ ਅਗਵਾਈ ਹੇਠ ਆਪਣੀਆਂ ਚਿੰਤਾਵਾਂ ਨੂੰ
ਸਾਹਮਣੇ ਰੱਖਣ ਅਤੇ ਮਿਲ ਕੇ ਇਹਨਾਂ ਦਾ ਹੱਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਸਰ। ਸਾਡੀ MSME ਉਹ ਜਿਹੜੀ ਉਦਯੋਗਿਕ ਸੈਕਟਰ ਨੂੰ ਮਿਲਦੀ ਹੈ ਸਰ, ਉਹਦੇ ਲਈ 3,367 ਕਰੋੜ ਰੁਪਏ ਦੇ ਬਜਟ ਖਰਚੇ ਦਾ ਪ੍ਰਸਤਾਵ ਰੱਖਦਾ ਹਾਂ। ਇਸ ਦੇ ਨਾਲ ਹੀ ਸਰ, ਰਾਜ ਦੇ ਉਦਯੋਗਾਂ ਨੂੰ ਹੋਰ ਵਿੱਤੀ ਪ੍ਰੋਤਸਾਹਨ ਕਰਨ ਦੇ ਲਈ ਦੇਣ ਦੇ ਲਈ ਸ਼ੁਰੂਆਤੀ ਤੌਰ ਤੇ 50 ਕਰੋੜ ਰੁਪਏ ਵੀ ਰਾਖਵੇ ਰੱਖੇ ਗਏ ਹਨ। ਮਾਨਯੋਗ ਸਪੀਕਰ ਸਾਹਿਬ, ਰਾਜ ਪ੍ਰਬੰਧ ਸੁਧਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਅਧੀਨ ਆਪ ਸਰਕਾਰ ਨੇ ਪੰਜਾਬ ਵਾਸੀਆਂ ਨੂੰ 43 ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਸਰਕਾਰੀ ਸੇਵਾਵਾਂ ਘਰ ਬੈਠੇ ਮੁਹੱਈਆ ਕਰਵਾਉਣ ਲਈ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਦੀ ਸ਼ੁਰੂਆਤ ਕੀਤੀ ਹੈ। ਹੁਣ ਪੰਜਾਬੀਆਂ ਨੂੰ ਪਹਿਲਾਂ ਵਾਂਗ ਸਰਕਾਰੀ ਸੇਵਾਵਾਂ ਲੈਣ ਲਈ ਕਿਸੇ ਵੀ ਸਰਕਾਰੀ ਦਫ਼ਤਰ ਜਾਣ ਜਾਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਨੂੰ ਆਪਣੇ ਛੋਟੇ ਛੋਟੇ ਕੰਮ, ਜਿਸ ਤਰ੍ਹਾਂ ਕਿ ਕੋਈ, ਮੈਂ ਸਮਝਦਾ ਕਿ ਕੋਈ ਸਰਟੀਫਿਕੇਟ ਬਣਾਉਣਾ ਗਾ, ਉਹ ਫੋਨ ਕਰਨਗੇ ਤਾਂ ਸਰਕਾਰ ਵੱਲੋਂ ਭੇਜੇ ਨੁਮਾਇੰਦੇ ਘਰ ਪਹੁੰਚਣਗੇ ਅਤੇ ਉਹ ਸਰਟੀਫਿਕੇਟ ਬਣ ਕੇ ਉਹਨਾਂ ਦੇ ਘਰ ਪਹੁੰਚੂਗਾ। ਇਹ 43 ਸੇਵਾਵਾਂ ਜਿਹੜੀਆਂ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਨੇਗੀਆਂ। ਇਸੇ ਤਰ੍ਹਾਂ ਕਾਲਜਾਂ ਦੇ ਵਿੱਚ ਇੱਕ ਸੁਚੱਜੇ ਸ਼ਾਸਨ ਦੀ ਪਹਿਲਕਦਮੀ ਕਰਦਿਆਂ ਇੱਕ ਕੇਂਦਰੀਕ੍ਰਿਤ ਦਾਖਲਾ ਪੋਰਟਲ ਵੀ ਸਰ ਸ਼ੁਰੂ ਕੀਤਾ ਗਿਆ, ਜਿਸ ਤਰ੍ਹਾਂ ਇਹ 2023-24 ਵਿੱਚ 300 ਕਾਲਜਾਂ ਵਿੱਚ ਲਗਭਗ 1,50,000 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਸਾਡੀ ਸਰਕਾਰ ਨੇ ਇੱਕ ਸਿੰਗਲ ਯੂਨੀਫਾਈਡ ਪਲੇਟਫਾਰਮ ਵੀ ਸ਼ੁਰੂ ਕੀਤਾ ਹੈ, ਜਿਸ ਤਹਿਤ ਨਾਗਰਿਕ ਆਨਲਾਈਨ ਮੋਬਾਈਲ ਐਪ, ਕਾਲ ਸੈਂਟਰ ਜਾਂ ਸੇਵਾ ਕੇਂਦਰਾਂ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਸਰ, ਹੁਣ ਤੱਕ ਜਿਹੜੀਆਂ ਲਗਭਗ 2,23,000 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 2,03,000 ਦਾ ਜਿਹੜਾ ਨਿਪਟਾਰਾ ਉਹ ਕੀਤਾ ਜਾ ਚੁੱਕਿਆ ਗਾ। ਸੋ ਇੱਕ ਬਹੁਤ ਵੱਡਾ, ਮੈਂ ਸਮਝਦਾ, ਲੋਕਾਂ ਲਈ ਸਹਾਈ ਸਿੱਧ ਹੋਇਆ ਗਾ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਖੁਰਾਕ ਖੇਤਰ ਵਿੱਚ ਚੰਗੇ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨਾ ਸਾਡੀ ਸਰਕਾਰ ਦੀ ਤਰਜੀਹ ਆ। ਅਲਾਟਮੈਂਟ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਆਵਾਜਾਈ ਨੂੰ ਤਿਆਰ ਹੈ ਖਰਚੇ ਨੂੰ ਅਨੁਕੂਲ ਬਣਾਉਣ ਲਈ ਆਪ ਸਰਕਾਰ ਨੇ ਮੰਡੀਆਂ ਨੂੰ, ਸਰ ਸਾਡੀਆਂ ਮੰਡੀਆਂ ਨੂੰ ਰਾਈਸ ਮਿੱਲਾਂ ਨਾਲ ਆਨਲਾਈਨ ਜੋੜਨ ਦੀ ਸ਼ੁਰੂਆਤ ਕੀਤੀ ਆ। ਸੋ ਸਰ, ਮੈਂ ਵਿੱਤੀ ਸਾਲ 2024-25 ਲਈ ਇਸ ਵਿਭਾਗ ਵਿੱਚ ਵੱਖ ਵੱਖ ਪਹਿਲਕਦਮੀਆਂ ਕਰਨ ਲਈ 1,072 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਕਰਦਾ ਹਾਂ। ਇਸੇ ਤਰ੍ਹਾਂ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਰਕਫੈੱਡ ਰਾਹੀਂ ਲਗਭਗ 800 ਮਾਡਲ ਫੇਅਰ ਪ੍ਰਾਈਸ ਸ਼ਾਪਸ ਦੀ ਸਥਾਪਨਾ ਅਸੀਂ ਕਰ ਰਹੇ ਹਾਂ ਸਰ। ਇਹ NFSA ਕਣਕ ਦੇ ਪੀਸੇ ਆਟੇ ਨੂੰ ਪੀਸ ਕੇ, ਸਰ ਕਣਕ ਦਾ ਆਟਾ ਪੀਸ ਕੇ ਇਸ ਨੂੰ ਲਾਭਪਾਤਰੀਆਂ ਦੇ, ਬੈਨੀਫਿਸ਼ਰੀ ਦੇ ਘਰ ਘਰ ਤੱਕ ਵੰਡਣ ਦੀ ਪੈਕਿੰਗ ਜਿਹੜੀਆਂ ਹੋਣਗੀਆਂ। ਇਸ ਨਾਲ ਸਾਡੇ ਗਰੀਬ ਲੋਕਾਂ ਦਾ ਸਮਾਂ ਬਚੇਗਾ, ਡਿਪੂਆਂ ਦੀਆਂ ਲੰਬੀਆਂ ਲਾਈਨਾਂ ਤੋਂ ਬਚਣ ਦੇ ਨਾਲ ਨਾਲ ਉਹ ਆਪਣੇ ਪਰਿਵਾਰਾਂ ਦੀ ਦੇਖਭਾਲ ਵੀ ਕਰ ਸਕਣਗੇ। ਸਾਡੀ ਸਰਕਾਰ ਨੇ ਲਾਭਪਾਤਰੀਆਂ ਨੂੰ ਪੈਕ ਕੀਤੇ ਆਟੇ ਦੀ ਡੋਰ ਸਟੈਪ ਡਿਲੀਵਰੀ ਲਈ ਘਰ ਘਰ ਮੁਫ਼ਤ ਰਾਸ਼ਨ ਯੋਜਨਾ ਵੀ ਸ਼ੁਰੂ ਕੀਤੀ ਹੈ। ਮੈਂ ਵਿੱਤੀ ਸਾਲ 2024-25 ਲਈ ਇਸ ਮੰਤਵ ਲਈ 250 ਕਰੋੜ ਰੁਪਏ ਦੀ ਵੰਡ ਦੀ ਤਜਵੀਜ਼ ਮਾਨਯੋਗ ਸਪੀਕਰ ਸਾਹਿਬ ਰੱਖਦਾ। ਇਸੇ ਤਰ੍ਹਾਂ ਸਪੀਕਰ ਸਾਹਿਬ, ਮਾਲੀਆ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਇਸ ਸਾਲ ਵਿਆਪਕ ਹੜ੍ਹਾਂ ਕਾਰਨ ਪ੍ਰਭਾਵਿਤ ਆਬਾਦੀ ਨੂੰ ਕੱਢਣ, ਪਨਾਹ ਪ੍ਰਦਾਨ ਕਰਨ ਅਤੇ ਭੋਜਨ, ਡਾਕਟਰੀ ਸਹਾਇਤਾ ਦੀ ਬੁਨਿਆਦੀ ਲੋੜ ਨੂੰ ਪੂਰਾ ਕਰਨ ਲਈ ਤੁਰੰਤ ਅਤੇ ਵੱਡੇ ਪੱਧਰ 'ਤੇ ਰਾਹਤ ਕਾਰਜਾਂ ਯਤਨਾਂ ਦੀ ਲੋੜ ਹੈ ਸਰ। ਲੋੜ ਸੀ, ਸਾਡੀ ਸਰਕਾਰ ਨੇ ਫਸਲਾਂ ਦੇ ਨੁਕਸਾਨ
ਮਨੁੱਖੀ ਜਾਨਾਂ ਦੇ ਮਨੁੱਖੀ ਜਾਨਾਂ ਨੁਕਸਾਨ ਦੇ ਜਾਨ ਨੁਕਸਾਨ, ਪਸ਼ੂਆਂ ਦੇ ਨੁਕਸਾਨ, ਰਹਾਇਸ਼ਾਂ ਨੂੰ ਹੋਏ ਨੁਕਸਾਨਾਂ ਸਮੇਤ ਵੱਖ ਵੱਖ ਨੁਕਸਾਨਾਂ ਦੀ ਪੂਰਤੀ ਲਈ ਮੌਜੂਦਾ ਵਿੱਤੀ ਸਾਲ ਵਿੱਚ ਲਗਭਗ 490 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਹੈ। ਇਸ ਤੋਂ ਇਲਾਵਾ ਵਿਭਾਗਾਂ ਦੀਆਂ ਵਿਭਿੰਨ ਪਹਿਲਕਦਮੀਆਂ ਨੂੰ ਸਹਾਇਤਾ ਦੇਣ ਲਈ ਮੈਂ ਵਿੱਤੀ ਸਾਲ ਸਰ 2024-25 ਵਿੱਚ 1573 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖਦਾ ਹਾਂ ਸਰ। ਇਸੇ ਤਰ੍ਹਾਂ ਚਾਲੂ ਮਾਲੀ ਸਾਲ ਦੌਰਾਨ ਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ, ਤਹਿਸੀਲਾਂ, ਸਬ ਤਹਿਸੀਲਾਂ ਅਤੇ ਸਬ ਡਿਵੀਜ਼ਨਲ ਕੈਂਪਸ ਦੇ ਜਿਹੜੇ ਕੰਪਲੈਕਸ ਨੇ ਸਰ ਉਹਨਾਂ ਦੇ ਨਿਰਮਾਣ ਅਤੇ ਮੁਰੰਮਤ ਲਈ 150 ਕਰੋੜ ਰੁਪਏ ਦੀ ਰਕਮ ਵੀ ਜਿਹੜੀ ਆ ਉਹ ਰਾਖਵੀਂ ਰੱਖੀ ਗਈ ਆ। ਇਸ ਪਹਿਲਕਦਮੀ ਨਾਲ ਸਰ ਇਹਦਾ ਉਦੇਸ਼ ਸਰ ਇਹੀ ਆ ਕਿ ਇਹਨਾਂ ਦਫ਼ਤਰਾਂ ਵਿੱਚ ਸੁਚਾਰੂ ਕੰਮਕਾਜ ਨੂੰ ਸਹੂਲਤ ਦੇਣਾ ਅਤੇ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਸਰ। ਇਸੇ ਤਰ੍ਹਾਂ ਸਰ NRI ਮਾਮਲੇ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਉਹਨਾਂ ਦੇ ਸੰਬੰਧ ਵਿੱਚ ਆਪ ਸਰਕਾਰ ਨੇ ਸਰ NRI ਭਰਾਵਾਂ ਅਤੇ ਭੈਣਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿੰਦੀ ਹੈ ਸਰ। ਲਗਾਤਾਰ ਅਸੀਂ ਉਹਨਾਂ ਸੰਪਰਕ ਬਣਾਇਆ ਹੈ ਜਿਨ੍ਹਾਂ ਦਾ ਪੰਜਾਬ ਦੀ ਆਰਥਿਕਤਾ ਅਤੇ ਸਮਾਜ ਵਿੱਚ ਇੱਕ ਵੱਡਾ ਯੋਗਦਾਨ ਹੈ। ਅਸੀਂ ਸਾਲ 2023-24 ਵਿੱਚ ਚਾਲੂ ਸਾਲ ਦੌਰਾਨ 2023-24 ਵਿੱਚ ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਫਿਰੋਜ਼ਪੁਰ ਅਤੇ ਸੰਗਰੂਰ ਵਿਖੇ 4 NRI ਮਿਲਣੀਆਂ ਦਾ ਆਯੋਜਨ ਕੀਤਾ ਹੈ ਅਤੇ ਆਉਣ ਵਾਲੇ ਸਾਲ ਵਿੱਚ ਵੀ ਅਜਿਹੇ ਜਿਹੜੀਆਂ ਮਿਲਣੀਆਂ ਉਹ ਚਾਲੂ ਰਹਿਣਗੀਆਂ ਸਰ। ਇਸੇ ਤਰ੍ਹਾਂ ਰੱਖਿਆ ਸੇਵਾਵਾਂ ਡਿਫੈਂਸ ਸਰਵਿਸਿਸ ਦੀ ਗੱਲ ਕਰੀਏ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਸਾਬਕਾ ਸੈਨਿਕਾਂ, ਯੁੱਧ ਵਿਧਵਾਵਾਂ, ਵਿਸ਼ਵ ਯੁੱਧ ਦੇ ਸਾਬਕਾ ਸੈਨਿਕਾਂ, ਅਪਾਹਜ ਸੈਨਿਕਾਂ ਅਤੇ ਉਹਨਾਂ ਦੇ ਆਸ਼ਰਤਾਂ ਦੀ ਭਲਾਈ ਲਈ ਸਦਾ ਹੀ ਸਰ ਫਿਕਰਮੰਦ ਰਹਿੰਦੇ ਹਨ। ਜਿਵੇਂ ਕਿ ਪਿਛਲੇ ਬਜਟ ਵਿੱਚ ਐਕਸ ਗ੍ਰੇਸੀਆ ਜਿਹੜੀ ਗ੍ਰਾਂਟ ਸੀ ਸਰ ਉਹ ਵਧਾ ਕੇ 1 ਕਰੋੜ ਰੁਪਏ ਕੀਤੀ ਗਈ ਸੀ ਔਰ ਕਰਨ ਦਾ ਵਾਅਦਾ ਕੀਤਾ ਗਿਆ ਸੀਗਾ। ਬਿਲਕੁਲ ਸਰ ਉਹ ਸਕੀਮ 100% ਪੰਜਾਬ 'ਚ ਲਾਗੂ ਆ ਔਰ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਐਕਸ ਗ੍ਰੇਸੀਆ ਗ੍ਰਾਂਟ ਦੀ ਰਾਸ਼ੀ ਜਿਹੜੀ ਆ ਉਹ ਇਸ ਸਾਲ ਜਾਰੀ ਕਰ ਦਿੱਤੀ ਗਈ ਹੈ ਸਰ। ਇਸ ਤੋਂ ਇਲਾਵਾ ਜੰਗੀ ਮਾਨਯੋਗ ਸਪੀਕਰ ਸਾਹਿਬ, ਇਸ ਤੋਂ ਇਲਾਵਾ ਜੰਗੀ ਵਿਧਵਾਵਾਂ ਦੀ ਪੈਨਸ਼ਨ 6,000 ਤੋਂ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ, ਬਲੂ ਸਟਾਰ ਆਪਰੇਸ਼ਨ ਤੋਂ ਪ੍ਰਭਾਵਿਤ ਹੋਏ ਧਰਮੀ ਫੌਜੀਆਂ ਦੀ ਸਹਾਇਤਾ ਲਈ, ਜਿਹੜੇ ਉਸ ਸਮੇਂ ਧਰਮੀ ਫੌਜੀਆਂ ਦੀ ਸਹਾਇਤਾ ਲਈ ਸਰ 10,000 ਰੁਪਏ ਤੋਂ ਵਧਾ ਕੇ 12,000 ਰੁਪਏ ਪ੍ਰਤੀ ਮਹੀਨਾ ਅਤੇ ਜੰਗੀ ਜਗੀਰਾਂ ਦੀ ਪੈਨਸ਼ਨ ਜਿਹੜੀ ਆ ਉਹ 10,000 ਤੋਂ ਵਧਾ ਕੇ 20,000 ਸਾਲਾਨਾ ਕੀਤੀ ਗਈ ਹੈ ਸਰ। ਸਾਡੀ ਸਰਕਾਰ ਦੇ ਰੱਖਿਆ ਕਰਮਚਾਰੀਆਂ ਦੀ ਭਲਾਈ ਸੇਵਾਵਾਂ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਸਰ ਮੈਂ ਵਿੱਤੀ ਸਾਲ 2024-25 ਵਿੱਚ 25 ਕਰੋੜ ਸਤੱਤਰ ਕਰੋੜ ਰੁਪਏ ਦੀ ਤਜਵੀਜ਼ ਸਰ ਰੱਖਦਾ ਹਾਂ। ਇਸੇ ਤਰ੍ਹਾਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਮਾਨਯੋਗ ਸਪੀਕਰ ਸਾਹਿਬ, ਪੰਜਾਬ ਟੂਰਿਜ਼ਮ ਸਿਮਿਟ ਐਂਡ ਟਰੈਵਲ ਮਾਰਟ 2023 ਦਾ ਆਯੋਜਨ ਜਿਹੜਾ ਉਹ SAS ਨਗਰ ਮੋਹਾਲੀ ਵਿਖੇ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਰਾਜ ਦੀ ਅਣਵਰਤੀ ਸੈਰ ਸਪਾਟਾ ਸੰਭਾਵਨਾਵਾਂ ਨੂੰ ਦਰਸਾਉਣਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵੰਨ ਸਵੰਨੇ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਦਰਸਾਉਣ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚ 22 ਮੇਲਿਆਂ ਦਾ ਆਯੋਜਨ ਕੀਤੇ ਗਏ ਹਨ ਸਰ। ਅੰਮ੍ਰਿਤਸਰ ਵਿਖੇ ਰੰਗਲਾ ਪੰਜਾਬ ਮੇਲੇ ਨੇ ਸਾਡੇ ਸੱਭਿਆਚਾਰ ਅਤੇ ਸਿਹਤ ਨੂੰ ਪ੍ਰਫੁੱਲਿਤ ਕਰਨ ਦਾ ਕੰਮ ਕੀਤਾ ਹੈ। ਇਹ ਸਾਰੇ ਸਮਾਗਮ ਸਾਡੇ ਮਾਨਯੋਗ
ਮੁੱਖ ਮੰਤਰੀ ਦੇ ਜੀ ਦੇ ਪੰਜਾਬ ਦੇ ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਦੇ ਦ੍ਰਿੜ ਨਿਸ਼ਚੇ ਦਾ ਪ੍ਰਤੀਕ ਹਨ ਸਰ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਪੰਜਾਬ ਨੂੰ ਇੱਕ ਸੈਰ ਸਪਾਟਾ ਦੀ ਹੱਬ ਦੇ ਤੌਰ ਤੇ ਪ੍ਰਫੁੱਲਿਤ ਕਰਨ ਦੀ ਨਿਰੰਤਰ ਲੋੜ ਹੈ ਸਰ। ਨੂੰ ਇਸ ਲੋੜ ਨੂੰ ਦੇਖਦੇ ਹੋਏ ਸਰ, ਮੈਂ ਵਿੱਤੀ ਸਾਲ 2024-25 ਵਿੱਚ 166 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖਦਾ ਹਾਂ। ਇਸ ਤੋਂ ਇਲਾਵਾ ਵੱਖ ਵੱਖ ਸਮਾਰਕਾਂ ਦੀ ਉਸਾਰੀ, ਸਾਂਭ ਸੰਭਾਲ ਅਤੇ ਰੱਖ ਰਖਾਵ ਲਈ 30 ਕਰੋੜ ਰੁਪਏ ਅਤੇ ਪੰਜਾਬ ਰਾਜ ਵਿੱਚ ਸੈਰ ਸਪਾਟੇ ਦੇ ਪ੍ਰਸਾਰ ਲਈ ਸਰ 30 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਈਕੋ ਟੂਰਿਜ਼ਮ ਦੀ ਗੱਲ ਕਰੀਏ, ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ 25 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਵੱਖ ਵੱਖ ਜੰਗਲੀ ਜੀਵ ਖੇਤਰਾਂ ਬੀੜਾਂ ਵਿੱਚ ਈਕੋ ਟੂਰਿਜ਼ਮ ਗਤੀਵਿਧੀਆਂ ਨਾਮਕ ਪ੍ਰੋਜੈਕਟ ਤਿਆਰ ਕੀਤਾ ਹੈ, ਜਿਸ ਨੂੰ ਆਉਣ ਵਾਲੇ 3 ਸਾਲਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਲਈ ਵਿੱਤੀ ਸਾਲ 2024-25 ਵਿੱਚ ਹੁਕਮਾਂ ਉਹ ਬੰਦ ਕੀਤਾ ਗਿਆ ਹੈ। ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਖੇਤਰ ਵਜੋਂ ਵਿਕਸਿਤ ਕਰਨ ਲਈ ਵੱਖਰੇ ਤੌਰ 'ਤੇ ਪਹਿਲਾਂ ਹੀ ਜਿਹੜੇ ਯਤਨ ਨੇ ਉਹ ਸਰਕਾਰ ਦੇ ਜਾਰੀ ਨੇ ਸਰ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਜੇ ਮੈਂ ਗੱਲ ਕਰਾਂ ਪੰਜਾਬ ਦੇ ਹੋਮ ਡਿਪਾਰਟਮੈਂਟ ਦੀ, ਗ੍ਰਹਿ ਮਾਮਲੇ, ਨਿਆਂ ਅਤੇ ਜੇਲ੍ਹਾਂ, ਜੇਲ੍ਹ ਵਿਭਾਗਾਂ ਨੂੰ ਉਹਨਾਂ ਦੀਆਂ ਕਾਨੂੰਨ ਲਾਗੂ ਕਰਨ ਦੀਆਂ ਪਹਿਲਕਦਮੀ ਨੂੰ ਸਹਾਇਤਾ ਦੇਣ ਲਈ ਮੈਂ ਵਿੱਤੀ ਸਾਲ 2024-25 ਲਈ 10,635 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖਦਾ ਸਰ। ਮੈਂ ਮਾਨਯੋਗ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਯਤਨਾਂ ਸਦਕਾ ਸਰ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਹੋ ਸਕੀ ਹੈ। ਸਾਡੀ ਪੁਲਿਸ ਫੋਰਸ ਨੂੰ ਸਰ ਟੋਇਟਾ ਹਾਈਲੈਕਸ ਗੱਡੀਆਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਗਈਆਂ ਹਨ, ਜੋ ਇੱਕ ਅਜਿਹੀ ਬੇਮਿਸਾਲ ਪ੍ਰਾਪਤੀ ਹੈ ਸਰ ਸਰਕਾਰ ਦੀ, ਜੋ ਦੇਸ਼ ਦੇ ਕਿਸੇ ਹੋਰ ਰਾਜ ਵਿੱਚ ਲਾਗੂ ਨਹੀਂ ਹੈ। ਇਹ ਇਕੱਲਾ ਪੰਜਾਬ ਜਿਹੜਾ ਮੋਹਰੀ ਸਟੇਟ ਬਣਿਆ ਭਾਰਤ ਦੇ ਅੰਦਰ, ਜਿੱਥੇ ਹਾਈਲੈਕਸ ਵਰਗੀਆਂ ਗੱਡੀਆਂ ਜਿਹੜੀਆਂ ਨੇ ਅਸੀਂ ਉਹ ਪੰਜਾਬ ਪੁਲਿਸ ਨੂੰ ਪ੍ਰਦਾਨ ਕੀਤੀਆਂ ਨੇਗੀਆਂ। ਮੈਂ ਵੀ ਦੱਸਣਾ ਚਾਹਾਂਗਾ ਸਰ, ਪੁਲਿਸ ਮੁਲਾਜ਼ਮਾਂ ਲਈ ਪਿਛਲੇ ਪੰਜ ਸਾਲ ਨੇ ਉਹਨਾਂ ਵਿੱਚ ਕੁੱਲ ਖਰੀਦੇ ਗਏ 5 ਸਾਲਾਂ 'ਚ ਖਰੀਦੇ ਗਏ 1993 ਵਿੱਚੋਂ 1993 ਜਿਹੜੇ ਵਹੀਕਲ ਖਰੀਦੇ ਗਏ ਨੇ ਸਰ, ਉਹਨਾਂ ਵਿੱਚੋਂ 1,396 ਵਾਹਨ ਜਿਹੜੇ ਨੇ ਉਹ ਇਸ ਜਿਹੜੇ 2 ਸਾਲ ਲੰਘੇ ਨੇ, ਇਹਨਾਂ 2 ਸਾਲਾਂ ਦੌਰਾਨ ਖਰੀਦੇ ਗਏ ਸਰ। ਮੈਂ ਇੱਥੇ ਇਹ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਲਾਗੂ ਕਰਨ ਲਈ IIT ਰੋਪੜ ਦੇ ਨਾਲ ਭਾਈਵਾਲ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਕਰਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਲੈਬ ਦੀ ਜਿਹੜੀ ਆ ਸਥਾਪਨਾ ਕੀਤੀ ਜਾ ਰਹੀ ਆ। ਇਹ ਲੈਬ ਜਿਹੜੀ ਆ ਅਪਰਾਧ ਜਗਤ ਨੂੰ ਜਿਹੜਾ ਵਿਸ਼ਲੇਸ਼ਣ ਲਈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰੇਗੀ ਅਤੇ ਕਾਨੂੰਨ ਨੂੰ ਲਾਗੂ ਕਰਨ ਅਤੇ ਜਿਹੜੇ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦਾ ਸਾਹਮਣਾ ਸਰ ਕਰੇਗੀ। ਮਾਨਯੋਗ ਸਪੀਕਰ ਸਾਹਿਬ, ਮੈਨੂੰ ਇਹ ਵੀ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਆਪਣੀ ਪੰਜਾਬ ਪੁਲਿਸ ਨੂੰ ਮਜ਼ਬੂਤ ਕਰਨ ਦੇ ਲਈ 827 ਸਬ ਇੰਸਪੈਕਟਰ, 787 ਹੈੱਡ ਕਾਂਸਟੇਬਲ, 144 ਸਿਵਲ ਸਪੋਰਟਸ ਸਟਾਫ ਨੂੰ ਵੀ ਨਿਯੁਕਤੀ ਪੱਤਰ ਅਸੀਂ ਜਾਰੀ ਕਰ ਚੁੱਕੇ ਹਾਂ ਸਰ। ਇਸੇ ਤਰ੍ਹਾਂ 4100 ਟੈਬਸ 4300 ਫੋਨ ਜਿਹੜੇ ਨੇ ਉਹ ਵੀ ਖਰੀਦੇ ਜਾ ਚੁੱਕੇ ਹਨ। ਜਾਂਚ ਅਧਿਕਾਰੀਆਂ ਨੂੰ ਸੀਸੀ ਟੀ ਐਨ ਐਸ ਪ੍ਰੋਜੈਕਟ ਦੇ
ਸਰਵੋਤਮ ਅਮਲ ਨੂੰ ਲਾਗੂ ਕਰਨ, ਪ੍ਰਭਾਵਸ਼ਾਲੀ ਜਾਂਚ ਅਤੇ ਆਨਲਾਈਨ ਸੇਵਾਵਾਂ ਰਾਹੀਂ ਨਾਗਰਿਕਾਂ ਦੇ ਆਪਸੀ ਤਾਲਮੇਲ ਦੀ ਜਿਹੜੀ ਇਹਦੇ ਲਈ ਸਹੂਲਤ ਸਾਰੇ ਸਾਰੇ ਵੰਡੇ ਜਾ ਚੁੱਕੇ ਹਨ। ਇੱਕ ਮਿੰਟ, ਮਾਵਾਂ ਸਾਡੇ ਲਈ ਰੱਬ ਦਾ ਰੂਪ ਨੇ ਔਰ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਮਾਤਾ ਸਰਦਾਰਨੀ ਹਰਪਾਲ ਕੌਰ ਜੀ, ਸਰਦਾਰਨੀ ਹਰਪਾਲ ਕੌਰ ਜੀ ਅੱਜ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਾਕਸ ਵਿੱਚ ਮੌਜੂਦ ਹਨ। ਆਓ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰੀਏ। ਮਾਨਯੋਗ ਸਪੀਕਰ ਸਾਹਿਬ ਜੀ, ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਸਮਾਜ ਭਲਾਈ ਅਤੇ ਸਮਾਜਿਕ ਨਿਆਂ ਦੀ, ਬਰਾਬਰੀ ਵਾਲੇ ਅਤੇ ਨਿਆਂਪੂਰਨ ਅਤੇ ਹਮਦਰਦ ਸਮਾਜ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪ ਸਰਕਾਰ ਦੀ ਵਚਨਬੱਧਤਾ ਨੂੰ ਵੱਖ ਵੱਖ ਸਮਾਜ ਭਲਾਈ ਸਕੀਮਾਂ ਦੇ ਸਮਰਥਨ ਵਿੱਚ ਸਾਫ਼ ਦੇਖਿਆ ਜਾ ਸਕਦਾ। ਇਸ ਵਿੱਚ ਵਿੱਤੀ ਸਾਲ 2024 ਅਤੇ 25 ਲਈ ਸਰ 9,388 ਕਰੋੜ ਰੁਪਏ ਰਾਖਵੇ ਕਰਨ ਦੀ ਸਰ ਤਜਵੀਜ਼ ਮੈਂ ਸਦਨ ਦੇ ਸਾਹਮਣੇ ਰੱਖ 9,388 ਕਰੋੜ ਰੁਪਏ ਸਰ ਰਾਖਵੇ ਕਰਨ ਦੀ ਤਜਵੀਜ਼ ਸਰ ਕੀਤੀ ਗਈ ਹੈ। ਸਰ ਵਿੱਤੀ ਸਾਲ 2024-25 ਵਿੱਚ ਵੱਖ ਵੱਖ ਸ਼੍ਰੇਣੀਆਂ ਵਿੱਚ ਸਮਾਜਿਕ ਪੈਨਸ਼ਨ ਪ੍ਰਦਾਨ ਕਰਨ ਲਈ 5,925 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੋਸ਼ਣ ਅਭਿਆਨ, ਆਸ਼ੀਰਵਾਦ ਸਕੀਮ, ਐਕਸੈਸੀਬਲ ਇੰਡੀਆ ਕੰਪੇਨ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਵਰਗੀਆਂ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਅਗਲੇ ਵਿੱਤੀ ਸਾਲ ਵਿੱਚ 1,053 ਕਰੋੜ ਰੁਪਏ ਦੀ ਸਰ ਅਲਾਟਮੈਂਟ ਰੱਖੀ ਗਈ ਹੈ। ਇਸੇ ਤਰ੍ਹਾਂ ਸਾਡੀ ਸਰਕਾਰ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਸਮਾਜ ਦੇ ਸਾਰੇ ਦੱਬੇ ਕੁਚਲੇ ਵਰਗਾਂ ਦੇ ਭੈਣ ਭਰਾਵਾਂ ਦੇ ਨਾਲ ਸਰ ਡਟ ਕੇ ਖੜੀ ਆ। ਅਨੁਸੂਚਿਤ ਜਾਤੀ ਉਪ ਯੋਜਨਾ ਜਿਹੜਾ ਪਲਾਨ ਆ ਸਰ, ਉਪ ਯੋਜਨਾ ਵਿੱਤੀ ਸਾਲ ਲਈ ਮੈਂ 2024-25 ਸਰ 13,844 ਕਰੋੜ ਰੁਪਏ ਦੀ ਅਲਾਟਮੈਂਟ ਸਰ ਕੀਤੀ ਗਈ ਆ, ਜੋ ਰਾਜ ਦੇ ਟੋਟਲ ਬਜਟ ਦਾ ਸਰ 35% ਇੱਕ ਵੱਡਾ ਹਿੱਸਾ ਸਰ। ਮਾਨਯੋਗ ਸਪੀਕਰ ਸਾਹਿਬ, ਬੁਨਿਆਦੀ ਢਾਂਚਾ, ਬੇਸਿਕ ਇਨਫਰਾਸਟਰਕਚਰ, ਸੜਕਾਂ ਅਤੇ ਪੁਲਾਂ ਦੀ ਗੱਲ ਕਰੀਏ, ਸਾਡੀ ਸਰਕਾਰ ਨੇ ਵਿੱਤੀ ਸਾਲ 2023-24 ਦੌਰਾਨ PMGSY3 ਅਧੀਨ 805 ਕਿਲੋਮੀਟਰ ਸੜਕਾਂ ਅਤੇ 4 ਪੁਲਾਂ ਦਾ ਨਿਰਮਾਣ ਪੂਰਾ ਕੀਤਾ ਹੈ ਸਰ, ਜਿਸ ਉੱਪਰ 400 ਕਰੋੜ ਰੁਪਏ ਖਰਚ ਕੀਤੇ ਗਏ ਹਨ। ਵਿੱਤੀ ਸਾਲ 2024-25 ਵਿੱਚ PMGSY3 ਲਈ 600 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਸਰ। ਵਿੱਤੀ ਸਾਲ 23-24 ਦੌਰਾਨ 170 ਕਰੋੜ ਰੁਪਏ ਲਾਗਤ ਨਾਲ 31 ਕਿਲੋਮੀਟਰ ਦੀ ਲੰਬਾਈ ਦੇ ਰਾਸ਼ਟਰੀ ਰਾਜਮਾਰਗ ਮੁੱਢਲੇ ਕਾਰਜਾਂ ਅਧੀਨ ਸੜਕਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। CRIF ਸਕੀਮ ਤਹਿਤ 40 ਕਰੋੜ ਦੀ ਲਾਗਤ ਨਾਲ 22 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਰਾਜ ਸਟੇਟ ਦੇ ਬਜਟ ਨਾਲ ਸਰ 199 ਕਰੋੜ ਦੀ ਲਾਗਤ ਨਾਲ 176 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਨੂੰ ਮੁਕੰਮਲ ਕਰ ਲਿਆ ਗਿਆ ਹੈ। ਮੈਂ ਸਰ ਸੰਪਰਕ ਦੀਆਂ ਕੜੀਆਂ ਅਰਥਾਤ ਪੁਲਾਂ ਅਤੇ ਸੜਕਾਂ ਦੇ ਪੁਲਾਂ ਲਈ ਹੋਰ 2,695 ਕਰੋੜ ਰੁਪਏ ਦੀ ਤਜਵੀਜ਼ ਸਰ ਰੱਖਦਾ ਹਾਂ। ਮਾਨਯੋਗ ਸਪੀਕਰ ਸਾਹਿਬ, ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਊਗੀ
ਕਿ ਅਜੇ ਵੀ ਆਜ਼ਾਦੀ ਦੇ 75 ਸਾਲ ਬਾਅਦ, ਆਜ਼ਾਦੀ ਦੇ 75 ਸਾਲ ਬਾਅਦ ਵੀ ਸਿੱਖ ਧਰਮ ਵਿੱਚ ਆਪਣੀ ਗਹਿਰੀ ਇਤਿਹਾਸਕ ਅਤੇ ਅਧਿਆਤਮਕ ਮਹੱਤਤਾ ਦੇ ਬਾਵਜੂਦ ਸ਼੍ਰੀ ਅਨੰਦਪੁਰ ਸਾਹਿਬ ਦੇ ਬਹੁਤ ਪਿੰਡਾਂ ਵਿੱਚ ਉਚਿਤ ਅਤੇ ਸਿੱਧੇ ਸੰਪਰਕ ਦੀ ਬਹੁਤ ਵੱਡੀ ਘਾਟ ਆ ਸਪੀਕਰ ਸਾਹਿਬ। ਇਹਨਾਂ ਪਿੰਡ ਵਾਸੀਆਂ ਦੀ ਆਵਾਜਾਈ ਦੀ ਸਹੂਲਤ ਅਤੇ ਸੰਪਰਕ ਲਈ ਖੇੜਾ, ਕਲਮੋਟ, ਭਲਾੜੀ, ਬੇਲਾ, ਧਿਆਨੀ ਅਤੇ ਅਜ਼ੌਲੀ ਵਿਚਕਾਰ ਪੁਲਾਂ ਦੀ ਉਸਾਰੀ ਲਈ ਸਰ ਮੈਂ 30 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ ਤਜਵੀਜ਼ ਰੱਖਦਾ ਸਰ। ਸਾਰੇ 75 ਸਾਲ ਇਹ ਪਿੰਡ ਜਿਹੜੇ ਨੇ ਸਾਡੇ ਸਿੱਧੀ ਸੜਕ ਆਵਾਜਾਈ ਤੋਂ ਪੰਜਾਬ ਨਾਲ ਕੱਟੇ ਹੋਏ ਸੀਗੇ। ਮੇਰੇ ਧਿਆਨ ਵਿੱਚ ਸਾਡੇ ਮਾਨਯੋਗ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਨੇ ਮਾਮਲਾ ਲਿਆਂਦਾ ਤਾਂ ਉਸੇ ਸਮੇਂ ਇਹ ਡਿਸਾਈਡ ਕੀਤਾ ਕਿ ਇਹਨਾਂ ਪਿੰਡਾਂ ਨੂੰ ਸਿੱਧੇ ਸੰਪਰਕ ਰਾਹੀਂ ਜੋੜਿਆ ਜਾਵੇ ਔਰ 30 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ ਦੀ ਮੈਂ ਤਜਵੀਜ਼ ਸਾਰੇ ਦੇ ਲਈ ਰੱਖਦਾ। ਮਾਨਯੋਗ ਸਪੀਕਰ ਸਾਹਿਬ, ਇਸੇ ਤਰ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ, ਮੈਨੂੰ ਇਹ ਵੀ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ, ਪੰਜਾਬ ਨੇ ਪੇਂਡੂ ਘਰਾਂ ਨੂੰ ਟੂਟੀ ਪਾਈਪ ਜਲ ਸਪਲਾਈ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਸਫਲਤਾਪੂਰਵਕ ਪੂਰੀ ਕਵਰੇਜ ਕੀਤੀ ਹੈ ਸਰ। ਪੰਜਾਬ ਨੇ ਪੂਰੇ ਦੇਸ਼ ਭਰ ਵਿੱਚ ਹਰ ਘਰ ਜਲ ਯੋਜਨਾ ਵਿੱਚ 5ਵਾਂ ਸਥਾਨ ਪੰਜਾਬ ਨੇ ਪ੍ਰਾਪਤ ਕਰਨ ਦਾ ਮਾਣ ਪੰਜਾਬ ਨੂੰ ਹੋਇਆ ਸਰ। ਪੰਜਾਬ ਦੀ ਗੁਣਵੱਤਾ ਅਤੇ ਘਾਟ ਨਾਲ ਸੰਬੰਧਿਤ ਚੁਣੌਤੀਆਂ ਨਾਲ ਨਜਿੱਠਣ ਲਈ ਸਰ 15 ਵਿਆਪਕ ਬਹੁ ਪਿੰਡੀ ਸਤਹੀ ਜਲ ਸਪਲਾਈ ਸਕੀਮ ਵਿੱਤੀ ਸਾਲ 2024-25 ਵਿੱਚ ਲਗਭਗ 2200 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਦੀ ਸਰ ਸਾਨੂੰ ਇਸ ਪ੍ਰੋਜੈਕਟ ਦੀ ਪੂਰੀ ਉਮੀਦ ਆ, ਜਿਸ ਵਿੱਚ 1776 ਪਿੰਡਾਂ ਨੂੰ ਸਰ ਉਹ ਸ਼ਾਮਿਲ ਕੀਤਾ ਗਿਆ। ਮਾਨਯੋਗ ਸਪੀਕਰ ਸਾਹਿਬ, ਵੱਖ ਵੱਖ ਜ਼ਿਲ੍ਹਿਆਂ ਦੇ 685 ਪਿੰਡਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ IIT ਮਦਰਾਸ ਤੋਂ ਐਬਸਰਪਸ਼ਨ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਲਈ ਐਰਸੋਨਿਕ ਐਂਡ ਆਇਰਨ ਰਿਮੂਵਲ ਪਲਾਂਟ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕੁੱਲ 133 ਕਰੋੜ ਰੁਪਏ ਦੇ ਨਿਵੇਸ਼ ਨਾਲ 170 ਸਰਹੱਦੀ ਪਿੰਡਾਂ ਵਿੱਚ ਘਰੇਲੂ ਪਿਓਰੀਫਾਈ ਅਤੇ ਸਮੁਦਾਇਕ ਜਲ ਸ਼ੁੱਧੀਕਰਨ ਪਲਾਂਟ ਜਿਹੜੇ ਨੇ ਉਹ ਵੰਡੇ ਗਏ ਹਨ। ਮੈਂ ਵਿੱਤੀ ਸਾਲ 2024-25 ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਮੌਜੂਦਾ ਬੁਨਿਆਦੀ ਢਾਂਚੇ ਨੂੰ ਬਦਲਣ ਅਤੇ ਮੁੜ ਵਸੇਵਾ ਕਰਨ ਅਤੇ ਸਥਾਈ ਪਾਣੀ ਆਧਾਰਿਤ ਯੋਜਨਾ ਦੀ ਸਥਾਪਨਾ ਅਤੇ ਵਾਧੇ ਵਰਗੇ ਪ੍ਰੋਜੈਕਟਾਂ ਨੂੰ ਚਲਾਉਣ ਦੇ ਲਈ ਸਰ 1549 ਕਰੋੜ ਰੁਪਏ ਦੀ ਰਕਮ ਜਿਹੜੀ ਆ ਉਹ ਰੱਖ ਵੀ ਰੱਖਦੇ ਆ ਸਰ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ, ਜਲ ਸਰੋਤ, ਆਪ ਸਰਕਾਰ ਨੇ, ਆਮ ਆਦਮੀ ਸਰਕਾਰ ਨੇ ਸਰ ਇਸ ਸਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਤੁਰੰਤ ਕਾਰਵਾਈ ਕੀਤੀ ਅਤੇ ਲਗਭਗ 3461 ਕਿਲੋਮੀਟਰ ਡਰੇਨਾਂ ਦੀ ਸਫਾਈ ਕਾਰਜਾਂ ਲਈ ਅਤੇ ਜ਼ਮੀਨੀ ਪੱਧਰ 'ਤੇ 68 ਸੁਰੱਖਿਆ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ। ਇਸ ਤੋਂ ਇਲਾਵਾ ਲਗਾਤਾਰ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਵੱਡੀਆਂ ਨਦੀਆਂ ਵਿੱਚ ਪਾੜ ਨੂੰ ਦੂਰ ਕਰਨ ਲਈ 192 ਕਰੋੜ ਰੁਪਏ ਖਰਚ ਕੀਤੇ। ਸਾਡੀਆਂ ਨਹਿਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਵਿੱਤੀ ਸਾਲ 2024-25 ਵਿੱਚ 2107 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਰੱਖਿਆ ਗਿਆ ਸਰ। ਮਾਨਯੋਗ ਸਪੀਕਰ ਸਾਹਿਬ, ਸਿੰਚਾਈ ਸਹੂਲਤਾਂ ਨੂੰ ਪਹਿਲ ਦੇਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰਅੰਦਰਸ਼ੀ ਤੋਂ ਸੇਧ ਲੈ ਕੇ ਸਰ ਅਸੀਂ ਇੱਕ ਨਵੀਂ ਸਰ ਮਾਲਵਾ ਕੈਨਾਲ ਪ੍ਰੋਜੈਕਟ ਦੀ ਤਜਵੀਜ਼ ਰੱਖੀ ਹੈ ਸਰ। ਮਾਲਵਾ ਕੈਨਾਲ ਪ੍ਰੋਜੈਕਟ ਦੀ ਤਜਵੀਜ਼ ਰੱਖੀ ਹੈ ਸਰ। ਇਸ ਪਹਿਲਕਦਮੀ ਦਾ ਟੀਚਾ ਲਗਭਗ 1,78,000 ਏਕੜ ਏਰੀਏ ਨੂੰ ਕਵਰ ਕਰਨਾ ਸਰ